ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਕੀਤੀ ਏਅਰ ਸਟ੍ਰਾਈਕ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਦੇਖੋ, ਬਹੁਤ ਵੱਡੀ ਜਿੱਤ ਹੈ ਇਹ ਸਾਡੀ ਸਰਕਾਰ ਦੀ, ਸਾਡੇ ਦੇਸ਼ ਦੀ। ਮੈਂ ਤਾਂ ਕਹੂੰਗਾ ਪਾਰਟੀ ਵਾਈਜ਼ ਸਾਨੂੰ ਉੱਪਰ ਉੱਠਣਾ ਚਾਹੀਦਾ। ਜੇ ਪਾਕਿਸਤਾਨ ਦੇ ਉੱਤੇ ਅਟੈਕ ਕਰਤਾ ਤਾਂ ਪਾਕਿਸਤਾਨ ਦਾ ਬਚਣਾ ਕੁਛ ਨਹੀਂ। ਉਹ ਸਾਡੇ ਨਾਲ ਬੜੀਆਂ ਜਾਤੀਆਂ ਕਰਦੇ ਨੇ। ਹਮੇਸ਼ਾ ਭਾਰਤ ਹਮੇਸ਼ਾ ਸ਼ਾਂਤੀ ਚਾਹੁੰਦਾ। ਦੇਖੋ ਜੋ ਇਮਰਾਨ ਖਾਨ ਕਹਿ ਰਿਹਾ ਹੈ, ਇਹ ਤਾਂ ਹਿੰਦੁਸਤਾਨ ਸਾਰੀ ਜ਼ਿੰਦਗੀ ਕਹਿੰਦਾ ਰਿਹਾ, ਉਹ ਜਾਤੀਆਂ ਕਰਨ ਨੂੰ ਨਹੀਂ ਹਟੇ। ਅਸੀਂ ਤਾਂ ਜਵਾਬ ਹੀ ਦੇ ਰਹੇ ਹਾਂ, ਅਸੀਂ ਤਾਂ ਕੋਈ ਜਾਤੀ ਕੀਤੀ ਨਹੀਂ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ ਟੀਵੀ ਕੋ, ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।